ਬੰਦਿਆਂ ਦੇ ਲਾਲਚ ਦੇ ਵਿੱਚ ਅੱਜ ਉਸ ਗੁਲਾਮੀ ਨੂੰ ਭੁੱਲ ਚੁੱਕੇ ਆ ਗੁਰਮੁਖ ਪਿਆਰਿਓ। ਪਰ ਜਿਹਨਾਂ ਨੂੰ ਅੱਜ ਇਹ ਯਾਦ ਨਹੀਂ ਆ, ਕੱਲੇ ਕੱਲੇ ਸਿੱਖ ਨੂੰ ਯਾਦ ਕਰ ਲੈਣਾ ਚਾਹੀਦਾ ਕਿ ਕਦੇ ਅਸੀਂ ਰਾਜ ਭਾਗ ਦੇ ਮਾਲਕ ਸਾਂ। ਲਾਹੌਰ ਤੇ ਦਿੱਲੀ ਦੇ ਲਾਲ ਕਿਲੇ ਤੇ ਸਾਡਾ ਕੇਸਰੀ ਖਾਲਸਾ ਰਾਜ ਦਾ ਝੰਡਾ ਝੁੱਲਦਾ ਸੀ। ਲਾਹੌਰ ਦੇ ਸਾਈ ਕਿਲੇ ਦੇ ਉੱਪਰ 4 ਦਹਾਕਿਆਂ ਤੋਂ ਵੱਧ ਸਮਾਂ ਸਿੱਖ ਰਾਜ ਦਾ ਝੰਡਾ ਝੁੱਲਿਆ। ਪਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਹੀ ਗੁਰਮੁਖ ਪਿਆਰੇ ਸਿੱਖ ਰਾਜ ਦੀਆਂ ਸਾਮਾਂ ਢਲ ਗਈਆਂ। ਕਿਸੇ ਕਵੀ ਨੇ ਲਿਖਿਆ, ਕੱਲਾ ਚਿਖਾ ਵਿੱਚ ਸੜਿਆ ਨੀ ਸ਼ੇਰੇ ਪੰਜਾਬ ਮਹਾਰਾਜਾ, ਸੜ ਗਈ ਸੀ ਤਕਦੀਰ ਪੰਜਾਬੀਆਂ ਦੀ। ਉਹ ਗੁਰਮੁਖ ਪਿਆਰੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਸਿੱਖ ਰਾਜ ਦਾ ਸੂਰਜ ਡੁੱਬ ਗਿਆ। ਆ ਤੁਸੀਂ ਹੁਣ ਇੱਕ ਰਿਲੀਜ਼ ਹੋਈ ਫਿਲਮ ਨੂੰ ਦੇਖਿਆ, ਪੜਿਆ ਜਾਂ ਸੁਣਿਆ ਹੋਵੇਗਾ, ਦ ਬਲੈਕ ਪ੍ਰਿੰਸ। ਉਹਦੇ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਗੱਲ, ਸਿੱਖ ਰਾਜ ਦੀ ਗੱਲ ਕੀਤੀ ਹੈ ਤੇ ਮੁੜ ਸਿੱਖ ਰਾਜ ਨੂੰ ਪ੍ਰਾਪਤ ਕਰਨ ਵਾਸਤੇ, ਕਿਉਂਕਿ ਫਿਲਮੀ ਪਰਦੇ ਤੇ ਇਸ਼ਾਰਾ ਹੀ ਕੀਤਾ ਜਾ ਸਕਦਾ, ਜਿੱਥੇ ਅਸੀਂ ਗੁਰਦੁਆਰਿਆਂ ਚ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਹਾਂ ਗੁਰਮਤ ਸਮਾਗਮਾਂ ਵਿੱਚ। ਮੈਂ ਸਮਝਦਾ ਅੱਜ ਦੇ ਮਸ਼ੀਨੀ, ਅੱਜ ਦੇ ਗੁਰਮੁਖ ਪਿਆਰੇ ਇਸ ਸਾਇੰਸ ਦੇ ਯੁੱਗ ਵਿੱਚ ਜੇਕਰ ਪੜਦੇ ਨੂੰ ਵੀ ਜੋ ਸਕਰੀਨ ਪੜਦਾ ਇਹਨੂੰ ਸਹੀ ਪਾਸੇ ਵਰਤ ਲਿਆ ਜਾਵੇ ਤੇ ਕੋਈ ਮਾੜੀ ਗੱਲ ਨਹੀਂ। ਸਾਡੇ ਬੱਚੇ ਬਜ਼ੁਰਗ ਨੌਜਵਾਨ ਇਸ ਪੜਦੇ ਦੇ ਉੱਤੋਂ ਵੀ ਆਪਣੇ ਇਤਿਹਾਸ ਨੂੰ, ਆਪਣੀ ਅਸਲੀਅਤ ਨੂੰ ਵੇਖ ਕੇ ਜੇ ਗੁਰੂ ਵੱਲ ਗੁਰੂ ਪੰਥ ਵੱਲ ਮੁੜ ਆਉਣ ਤੇ ਬਹੁਤ ਵੱਡੀ ਪ੍ਰਾਪਤੀ ਹੈ। ਜਿਹਨਾਂ ਨੇ ਗੁਰਮੁਖ ਪਿਆਰੇ ਇਹਨਾਂ ਦੇ ਉਪਰਾਲੇ ਕੀਤੇ ਆ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਵੀ, ਚਾਹੇ ਉਹ ਸਾਡਾ ਹੱਕ ਫਿਲਮ, ਬੱਦਾ ਬੱਦਾ ਸਿੰਘਾਂ ਦਾ ਵੈਰੀ ਦਾ ਬਲੱਡ ਸਟਰੀਟ, ਬਹੁਤ ਸਾਰੀਆਂ ਐਸੀਆਂ ਫਿਲਮਾਂ ਰਿਲੀਜ਼ ਹੋਈਆਂ ਹੁਣ ਦਾ ਬਲੈਕ ਪ੍ਰਿੰਸ। ਮੈਂ ਇੱਕ ਬੇਨਤੀ ਵੀ ਕਰਦੇ ਹਾਂ, ਇਹ ਜਿਹੜੇ ਕਲਾਕਾਰ ਹੁੰਦੇ ਆ ਉਹਨਾਂ ਨੇ ਕੇਵਲ ਆਪਣੀ ਕਲਾ ਦਾ ਮੁਜ਼ਾਹਰਾ ਕਰਨਾ, ਕਲਾ ਜਿਹੜੇ ਪ੍ਰੋਡਿਊਸਰ ਨੇ ਬਣਾਉਣ ਵਾਲੇ ਨੇ ਉਹਨਾਂ ਨੇ ਕੇਵਲ ਗੁਰਮੁਖ ਪਿਆਰਿਓ ਕਹਾਣੀ ਨੂੰ ਪਰਦੇ ਤੇ ਸਾਡੇ ਸਾਹਮਣੇ ਰੱਖਣਾ। ਸਾਨੂੰ ਉਹਨਾਂ ਕੋਲੋਂ ਇਹ ਆਸ ਨਹੀਂ ਕਰਨੀ ਚਾਹੀਦੀ ਕਿ ਉਹ ਸ਼ਾਇਦ ਹੁਣ ਸਾਡੇ ਸੰਘਰਸ਼ ਦੀ ਅਗਵਾਈ ਕਰਨਗੇ। ਜਿਹੜੇ ਗਾਉਣ ਵਾਲਿਆਂ ਨੇ ਫਿਲਮਾਂ ਬਣਾਈਆਂ, ਚਾਹੇ ਉਹ ਸਾਡਾ ਗੁਰਮੁਖ ਪਿਆਰਿਓ ਹੱਕ ਜਾਂ ਦਾ ਬਲੈਕ ਪ੍ਰਿੰਸ, ਜਿਹੜੇ ਕਲਾਕਾਰ ਜਾਂ ਗਾਉਣ ਵਾਲੇ ਉਹਨਾਂ ਕੋਲੋਂ ਆਪਾਂ ਇਹ ਆਸ ਨਾ ਕਰੀਏ ਕਿ ਉਹ ਸਾਡੇ ਸੰਘਰਸ਼ ਦੀ ਅਗਵਾਈ ਕਰਨਗੇ। ਇਹ ਸੰਘਰਸ਼ ਦੀ ਅਗਵਾਈ ਤੁਸੀਂ ਖੁਦ ਮਰ ਜੀਵੜੇ ਤਿਆਰ ਬਰ ਤਿਆਰ ਸਿੰਘਾਂ ਨੇ ਕਰਨੀ ਹੈ। ਉਹਨਾਂ ਨੇ ਤੇ ਕੇਵਲ ਤੁਹਾਡੀ ਕਹਾਣੀ ਨੂੰ ਪੜਦੇ ਤੇ ਤੁਹਾਨੂੰ ਦਿਖਾਉਣ ਦਾ ਯਤਨ ਕੀਤਾ। ਮੈਂ ਸਮਝਦਾ ਸਾਡੇ ਬਹੁਤ ਸਾਰੇ ਮਾਈਆਂ ਭਾਈਆਂ ਨੂੰ ਨਹੀਂ ਪਤਾ ਹੋਵੇਗਾ ਕਿ ਕਿਸ ਤਰ੍ਹਾਂ ਸ਼ੇਰੇ ਪੰਜਾਬ ਦਾ ਰਾਜ, ਕਿਸ ਤਰ੍ਹਾਂ ਸਿੱਖ ਰਾਜ ਸਾਡਾ ਤਬਾਹ ਹੋਇਆ ਤੇ ਸਿੱਖ ਰਾਜ ਦੇ ਸ਼ਾਹੀ ਖਾਨਦਾਨ ਦੇ ਆਖਰੀ ਵਾਰਸ ਮਹਾਰਾਜਾ ਦਲੀਪ ਸਿੰਘ, ਕਿਉਂਕਿ ਸਿੱਖ ਰਾਜ ਦਾ ਆਖਰੀ ਵਾਰਸ ਨਹੀਂ ਕਹਿ ਸਕਦੇ, ਸਿੱਖ ਰਾਜ ਦੇ ਵਾਰਸ ਜਿੰਨਾ ਚਿਰ ਕੱਲਾ ਕੱਲਾ ਸਿੱਖ ਦੁਨੀਆਂ ਦੀ ਧਰਤੀ ਤੇ ਜਿਉਂਦਾ ਉਹਨਾਂ ਚਿਰ ਸਿੱਖ ਰਾਜ ਦੇ ਵਾਰਸ ਜਿਉਂਦੇ ਆ। ਇੱਕ ਇੱਕ ਸਿੱਖ ਸਿੱਖ ਰਾਜ ਦਾ ਵਾਰਸ ਹੈ, ਉਹ ਸਿੱਖ ਰਾਜ ਦਾ ਸ਼ਾਹੀ ਖਾਨਦਾਨ ਦਾ ਆਖਰੀ ਵਾਰਸ ਆਪਾਂ ਕਹਿ ਸਕਦੇ ਮਹਾਰਾਜਾ ਦਲੀਪ ਸਿੰਘ, ਜਿਹਨੂੰ ਗੁਰਮੁਖ ਪਿਆਰਿਓ ਸਿੱਖੀ ਤੋਂ ਬਿਲਕੁਲ ਬਦਦ ਕਰਕੇ ਸਾਈ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ। ਮੈਂ ਵੀ ਬੇਨਤੀ ਕਰਾਂ, ਅੰਗਰੇਜ਼ ਵਰਗੀ ਤਾਕਤ, ਉਹਨਾਂ ਇੰਗਲਿਸਤਾਨੀਆਂ ਵਰਗੀ ਤਾਕਤ ਸਾਡੇ ਸਿੱਖਾਂ ਦੀ ਤਾਕਤ ਤੋਂ ਡਰਦੀ ਹੈ, ਤੁਹਾਡੀ ਤਲਵਾਰ ਤੋਂ ਡਰਦੀ ਹੈ, ਤਾਂ ਹੀ ਤੁਹਾਡੇ ਛੋਟੇ ਜੇ ਗੁਰਮੁਖ ਪਿਆਰਿਓ ਸਿੱਖ ਰਾਜ ਦੇ ਸਾਈ ਖਾਨਦਾਨ ਦੇ ਆਖਰੀ ਮਹਾਰਾਜੇ ਨੂੰ ਉਠਾ ਕੇ ਲੰਡਨ ਦੇ ਵਿੱਚ ਲੈ ਗਏ। ਇਹਦੇ ਕੋਈ ਲੋੜ ਨਹੀਂ ਸੀ ਉਹਨਾਂ ਨੂੰ, ਤੇ ਉਹਨੂੰ ਕਿਸ ਤਰ੍ਹਾਂ ਤਬਦੀਲ ਕੀਤਾ ਗਿਆ, ਈਸਾਈਆਂ ਦੇ ਕੋਲ ਰੱਖ ਕੇ ਗੁਰਮੁਖ ਪਿਆਰੇ ਉਹਦੀ ਪਰਵਰਿਸ਼ ਇੱਦਾਂ ਕੀਤੀ ਗਈ ਕਿ ਉਹ ਭੁੱਲ ਜਾਵੇ ਆਪਣੇ ਸਿੱਖੀ ਨੂੰ। ਪਰ ਬਾਰੇ ਬਾਰੇ ਜਾਈਏ ਉਸ ਮਾਂ ਦੇ ਮਹਾਰਾਣੀ ਜਿੰਦਾ, ਜੇ ਕਹਿ ਲਿਆ ਜਾਵੇ ਕਿ ਸਿੱਖ ਰਾਜ ਦੇ ਵਿੱਚ ਸਭ ਤੋਂ ਦੁਖਿਆਰੀ ਜਿਸਨੇ ਦੁੱਖ ਭੋਗੇ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ, ਪਰ ਉਹਨੇ ਜਿਸ ਤਰ੍ਹਾਂ ਸਿੱਖੀ ਦੀ ਚਿਣਗ ਜਗਾਈ ਮਹਾਰਾਜਾ ਦਲੀਪ ਸਿੰਘ, ਬਹੁਤ ਗੱਲਾਂ ਪਰਦੇ ਤੇ ਨਹੀਂ ਦਿਖਾਈਆਂ ਗਈਆਂ, ਭਾਵੇਂ ਬਹੁਤ ਦਿਖਾਉਣ ਦਾ ਯਤਨ ਕੀਤਾ, ਪਰ ਜਦੋਂ ਕਹਿੰਦੇ ਮਹਾਰਾਣੀ ਜਿੰਦਾਂ ਦਾ ਮਿਲਾਪ ਹੋਇਆ ਸੀ ਮਹਾਰਾਜਾ ਦਲੀਪ ਸਿੰਘ ਦੇ ਨਾਲ, ਬੜਾ ਤੜਫਦੀ ਸੀ ਮਿਲਣ ਵਾਸਤੇ, ਪਰ ਜਦੋਂ ਮਿਲੀ ਪਿਆਰਿਆ ਦੁਲਾਰਿਆ ਤੇ ਜਦੋਂ ਉਹਦਾ ਹੱਥ, ਅਕਸਰ ਮਾਵਾਂ ਦਾ ਹੱਥ ਪੁੱਤਰਾਂ ਦੇ ਸੀਸ ਤੇ ਜਾਂਦਾ, ਪਰ ਜਦੋਂ ਸਿਰ ਤੇ ਗਿਆ ਤੇ ਸਿਰ ਤੇ ਕੇਸ ਨਹੀਂ ਸੀ,
ਇਹ ਗੁਰਮੁਖ ਪਿਆਰਿਓ ਹੈਰਾਨ ਹੋ ਗਈ ਮਾਂ, ਢਾਡੀ ਜਗਤ ਦੇ ਪ੍ਰਸਿੱਧ ਢਾਡੀ ਗਿਆਨੀ ਸੀ ਸੋਹਣ ਸਿੰਘ ਸੀਤਲ ਨੇ ਲਿਖਿਆ, ਕਹਿੰਦੇ ਜਿਸ ਵੇਲੇ ਮਹਾਰਾਣੀ ਜਿੰਦਾ ਨੇ ਮਹਾਰਾਜਾ ਦਲੀਪ ਸਿੰਘ ਦੇ ਸੀਸ ਨੂੰ ਟੋਹਿਆ ਤੇ ਉਹ ਕਹਿੰਦੇ ਟੋਹਿਆ ਸੀਸ ਤੇ, ਸੀਸ ਤੇ ਕੇਸ ਕੋਈ ਨਾ, ਕਹਿੰਦੀ ਮੈਂ ਇਹ ਕੀ ਤੱਕ ਹਨੇਰ ਰਹੀ ਹਾਂ, ਮੈਨੂੰ ਜਾਪਦਾ ਜਿਵੇਂ ਮੈਂ ਹੱਥ ਆਪਣਾ ਮੋਏ ਪੁੱਤ ਦੀ ਲਾਸ਼ ਤੇ ਫੇਰ ਰਹੀ ਹਾਂ। ਮਹਾਰਾਣੀ ਜਿੰਦਾ ਨੇ ਆਖਿਆ ਮੇਰੇ ਪੁੱਤ ਦੇ ਸਿਰ ਤੇ ਕੇਸ ਨਹੀਂ ਆ, ਮੈਂ ਤੜਫਦੀ ਰਹੀ ਤੈਨੂੰ ਮਿਲਣ ਵਾਸਤੇ ਪੁੱਤਰਾ, ਪਰ ਅੱਜ ਤੇਰੇ ਸਿਰ ਤੇ ਕੇਸ ਨਾ ਵੇਖ ਕੇ ਮੈਨੂੰ ਇਹ ਨਹੀਂ ਲੱਗਦਾ ਮੈਨੂੰ ਜਿਉਂਦਾ ਦਲੀਪ ਸਿੰਘ ਮਿਲਿਆ, ਜੇ ਸਿੱਖੀ ਤੋਂ ਪਤਾ ਤੇ ਮੈਨੂੰ ਲੱਗਦਾ ਵੀ ਮੈਂ ਮੋਏ ਪੁੱਤ ਦੀ ਲਾਸ਼ ਤੇ ਹੱਥ ਫੇਰ ਰਹੀ ਹਾਂ। ਕਿੱਥੇ ਗਈ ਤੇਰੀ ਸਿੱਖੀ।